ਹਾਂਜੀ ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਹੈ ਜੀ ਸਾਈਕੋਲੋਜੀ ਦੇ ਨਾਲ ਸੰਬੰਧਿਤ ਲੈ ਕੇ ਆਏ ਹਾਂ ਬਾਲ ਵਿਕਾਸ ਦੇ ਨਾਲ ਸੰਬੰਧਿਤ ਬਰੀ ਇੰਪੋਰਟੈਂਟ ਲੈਕਚਰ ਦੋਸਤੋ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਵੀਡੀਓ ਨਾ ਬਣੇ ਰਹੋ ਅਖੀਰ ਤੱਕ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਐਂਟੀਟੀ ਅੰਗਣਵਾੜੀ ਸੁਪਰਵਾਈਜ਼ਰ ਤੇ ਪੀਐਸਟੈਟ ਵਾਲੇ ਵਿਦਿਆਰਥੀ ਵੀਡੀਓ ਨੂੰ ਜਰੂਰ ਦੇਖਣ ਬੱਚੇ ਦੀ ਵਿਰਧੀ ਅਤੇ ਵਿਕਾਸ ਦਾ ਅਧਿਐਨ ਕਰਨ ਦੀ ਸਭ ਤੋਂ ਵਧੀਆ ਵਿਧੀ ਕਿਹੜੀ ਹੈ ਬੀ ਬੱਚੇ ਦੀ ਵਿਰਧੀ ਤੇ ਵਿਕਾਸ ਵਿਰਧੀ ਮਤਲਬ ਵਾਧਾ ਤੇ ਵਿਕਾਸ ਦਾ ਅਧਿਐਨ ਕਰਨਾ ਉਹਦਾ ਉਹਨੂੰ ਮਤਲਬ ਪੜ੍ਹਨਾ ਆਪਾਂ ਇਸ ਚੀਜ਼ ਨੂੰ ਬੱਚੇ ਦੀ ਵਿਰੇਧੀ ਅਤੇ ਵਿਕਾਸ ਦਾ ਅਧਿਐਨ ਕਰਨ ਦੀ ਸਭ ਤੋਂ ਵਧੀਆ ਵਿਧੀ ਹੈਟ ਲਿ ਗਈ ਆਪਸ਼ਨਾਂ ਚੋਂ ਕਿਹੜੀ ਹੈ ਮਨੋ ਵਿਸ਼ਲੇਸ਼ਨਾਤਮਕ ਵਿਧੀ ਤੁਲਨਾਤਮਕ ਵਿਧੀ ਵਿਕਾਸਵਾਤਮਕ ਵਿਧੀ ਤੇ ਸੰਖਿਆਕੀ ਵਿਧੀ ਸੋ ਆਪਾਂ ਜਦੋਂ ਬੱਚੇ ਦਾ ਬਾਦੇ ਦਾ ਵੀ ਉਹਦੇ ਵਿੱਚ ਕੀ ਵਿਰੇਧੀ ਹੋ ਰਹੀ ਹੈ ਅੰਗਾਂ ਦੇ ਵਿੱਚ ਕੀ ਤਬਦੀਲੀ ਆ ਰਹੀ ਹੈ ਤੇ ਉਹਦਾ ਵਿਕਾਸ ਕੀ ਹੋ ਰਿਹਾ ਹੈ ਬੱਚੇ ਦਾ ਉਹਦੀ ਪੜ੍ਹਾਈ ਕਰਨੀ ਹੋਵੇ ਇੱਕ ਬੱਚੇ ਬਾਰੇ ਸੋ ਦਾ ਅਧਿਐਨ ਕਰਨਾ ਹੋਵੇ ਤਾਂ ਵਿਕਾਸਾਤਮਕ ਵਿਧੀ ਆਪਸ਼ਨ ਨੰਬਰ 3 ਦੇ ਨਾਲ ਜਾਵਾਂਗੇ ਆਪਾਂ ਵਿਕਾਸਾਤਮਕ ਵਿਧੀ ਨੂੰ ਵਰਤੋਂ ਚ ਲਿਆ ਜਾਂਦਾ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ 2 ਨੰਬਰ ਸਮਾਜਿਕਕਰਨ ਇੱਕ ਪ੍ਰਕਿਰਿਆ ਹੈ ਜਿਸ ਰਾਹੀਂ ਬੱਚੇ ਅਤੇ ਬਾਲਕ ਸਿੱਖਦੇ ਹਨ ਸੋ ਸਮਾਜਿਕਕਰਨ ਇੱਕ ਕਿਹੜੀ ਪ੍ਰਕਿਰਿਆ ਹੈ ਦਿੱਤੇ ਆਪਸ਼ਨਾਂ ਦੇ ਵਿੱਚੋਂ ਕੀ ਦੇ ਨਾਲ ਸਬੰਧਤ ਹੈ ਜਿਹਦੇ ਰਾਹੀਂ ਬੱਚੇ ਤੇ ਬਾਲਕ ਸਿੱਖਦੇ ਰਹਿੰਦੇ ਨੇ ਪਰਿਵਾਰ ਨਾਲ ਸਬੰਧਤ ਹੈ ਸਕੂਲ, ਹਮਰਤਵਾ ਸਾਥੀ ਉਪਰੋਕਤ ਸਾਰੇ ਹੀ ਸੋ ਆਪਸ਼ਨ ਨੰਬਰ 4 ਸਹੀ ਹੈ ਜੀ ਇਹ ਸਾਰੀਆਂ ਆਪਸ਼ਨਾਂ ਮਤਲਬ ਬੱਚੇ ਅਤੇ ਬਾਲਕ ਦੇ ਸਿੱਖਦੇ ਰਹਿਣ ਵਿੱਚ ਉਹਦੇ ਵਿਕਾਸ ਦੇ ਵਿੱਚ ਭੂਮਿਕਾ ਨਿਭਾਉਂਦੀਆਂ ਨੇ ਪਰਿਵਾਰ ਸਕੂਲ ਹਮਰਤਵਾ ਸਾਥੀ ਇਹ ਸਾਰੀਆਂ ਆਪਸ਼ਨਾਂ ਸਹੀ ਨੇ ਜੇਕਰ ਇੱਥੇ ਪੁੱਛਿਆ ਜਾਵੇ ਵੀ ਬੱਚੇ ਦੇ ਵਿਕਾਸ ਜਾਂ ਬੱਚੇ ਦੇ ਸਮਾਜਿਕ ਕਰਨ ਦੇ ਵਿੱਚ ਮੋਡਲਾ ਰੋਲ ਪ੍ਰਾਇਮਰੀ ਰੋਲ ਕੌਣ ਅਦਾ ਕਰਦਾ ਹੈ ਤਾਂ ਉਹ ਪਰਿਵਾਰ ਆ ਜਾਂਦਾ ਹੈ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਬੱਚੇ ਦੇ ਵਿਕਾਸ ਦੇ ਸਿਰਪਾਦਮੁਖੀ ਸਿਧਾਂਤ ਦੇ ਅਨੁਕੂਲ ਹੈ? ਸੋ ਸਿਰਪਾਦਮੁਖੀ ਸਿਧਾਂਤ ਬਾਰੇ ਆਪਾਂ ਕਾਫੀ ਪੜਿਆ ਪਹਿਲਾਂ ਵੀ। ਇਹ ਇਸ ਲਿਖੇ ਆਪਸ਼ਨਾਂ ਦੇ ਵਿੱਚੋਂ ਕਿਹੜੀ ਲਾਈਨ, ਕਿਹੜਾ ਜਿਹੜੀ ਆਪਸ਼ਨ ਹੈ ਉਹ ਸਹੀ ਢੁਕਦੀ ਹੈ ਸਿਰਪਾਦਮੁਖੀ ਸਿਧਾਂਤ ਦੇ ਅਨੁਕੂਲ। ਆਪਸ਼ਨ ਨੰਬਰ 1 ਦੇਖਦੇ ਹਾਂ ਜੀ, ਵਿਕਾਸ ਸਿਰ ਤੋਂ ਪੈਰ ਤੱਕ ਹੁੰਦਾ ਹੈ। ਵਿਕਾਸ ਪੈਰ ਤੋਂ ਸਿਰ ਤੱਕ ਹੁੰਦਾ ਹੈ। ਵਿਕਾਸ ਮੱਧ ਤੋਂ ਉੱਪਰ ਤੱਕ ਹੁੰਦਾ ਹੈ। ਇੰਨਾਂ ਵਿੱਚੋਂ ਕੋਈ ਵੀ ਨਹੀਂ ਸੋ ਆਪਸ਼ਨ ਨੰਬਰ 1 ਸਹੀ ਹੈ ਜੀ ਜਿਹੜਾ ਵਿਕਾਸ ਹੈ ਇਸ ਸਿਧਾਂਤ ਦੇ ਅਕੋਰਡਿੰਗ ਵਿਕਾਸ ਸਿਰ ਤੋਂ ਪੈਰ ਤੱਕ ਹੁੰਦਾ ਹੈ ਜਦੋਂ ਵੀ ਵਿਕਾਸ ਸ਼ੁਰੂ ਹੁੰਦਾ ਹੈ ਤੇ ਵਿਕਾਸ ਹੈ ਜਿਹੜਾ ਉਹ ਸਿਰ ਤੋਂ ਪੈਰ ਤੱਕ ਹੁੰਦਾ ਹੈ ਉਸ ਵਿਕਾਸ ਨੂੰ ਹੀ ਕਹਿੰਦੇ ਨੇ ਸਿਰਪਾਦਮੁਖੀ ਸਿਧਾਂਤ ਅਗਲਾ ਪ੍ਰਸ਼ਨ ਦੇਖਦੇ ਆ ਜੀ 4 ਨੰਬਰ ਮਨੁੱਖਾਂ ਵਿੱਚ ਨਿੱਜੀ ਮਤਭੇਦਾਂ ਦੇ ਨਿਰਧਾਰਕ ਕਿਸ ਨਾਲ ਸਬੰਧਤ ਹਨ ਜਿਹੜੇ ਨਿੱਜੀ ਮਨੁੱਖਾਂ ਦੇ ਵਿੱਚ ਨਿੱਜੀ ਮਤਭੇਦ ਹੁੰਦੇ ਨੇ ਮੰਨ ਲਓ ਮਨੁੱਖ ਨੇ ਬਹੁਤ ਸਾਰੇ ਉਹਨਾਂ ਦੇ ਜਿਹੜੇ ਆਪਸੀ ਨਿੱਜੀ ਮਤਭੇਦ ਨੇ ਉਹ ਕਿਹਦੇ ਨਾਲ ਸਬੰਧਤ ਹੁੰਦੇ ਨੇ ਬਾਤਾਵਰਣ ਵਿੱਚ ਅੰਤਰ ਵਿਰਾਸਤ ਵਿੱਚ ਅੰਤਰ ਵਿਰਾਸਤ ਅਤੇ ਬਾਤਾਵਰਣ ਵਿੱਚ ਅੰਤਰ ਕਿਰਿਆ ਦੋਵੇਂ ਅਤੇ ਵੱਖ-ਵੱਖ ਤਰ੍ਹਾਂ ਨਾਲ ਅੰਤਰ ਕਿਰਿਆ ਕਰਦੇ ਹਨ ਸੋ ਮਤਲਬ ਇਕ ਦੋ ਕਬੀਲਿਆਂ ਦੀ ਆਪਸ ਵਿੱਚ ਲੜਾਈ ਕਹਿ ਸਕਦੇ ਆਪਾਂ ਜਾਂ ਦੋ ਦੇਸ਼ਾਂ ਦੇ ਵਿੱਚ ਆਪਸੀ ਜਿਹੜਾ ਕੋਈ ਮਤਭੇਦ ਨੇ ਉਹ ਕਿਹੜੇ ਕਿਹੜੇ ਕਾਰਨਾ ਕਰਕ ਨੇ ਇਸ ਤਰੀਕੇ ਨਾਲ ਇਹ ਗੱਲ ਨੂੰ ਆਪ ਸਮਝ ਸਕਦੇ ਆ। ਸੋ ਆਪਸ਼ਨ ਨੰਬਰ 3 ਦੇ ਨਾਲ ਜਾਵਾਂਗੇ ਆਪਾਂ। ਵਿਰਾਸਤ ਤੇ ਵਾਤਾਵਰਣ ਵਿਚ ਅੰਤਰ ਕਿਰਿਆ। ਹਰੇਕ ਦੀ ਅਲੱਗ-ਅਲੱਗ ਵਿਰਾਸਤ ਹੁੰਦੀ ਹੈ ਉਹਨਾਂ ਦੀ। ਉਹਨਾਂ ਨੂੰ ਪਰੰਪਰਾਵਾਂ ਪਰੰਪਰਾ ਦੇ ਰੂਪ ਵਿੱਚ ਕੁਸ਼ਣਾ ਕੁਸ਼ ਅਜਿਹਾ ਮਿਲਿਆ ਹੁੰਦਾ ਜਿਹੜਾ ਦੂਸਰੇ ਦੇ ਉਲਟ ਹੁੰਦਾ ਹੈਗਾ। ਸੋ ਵਾਤਾਵਰਨ ਦੇ ਵਿੱਚ ਵੀ ਅੰਤਰ ਕਿਰਿਆ ਹੁੰਦੀ ਹੈ ਵਾਤਾਵਰਨ ਨੂੰ ਵੀ ਅਲੱਗ ਹੁੰਦੇ ਨੇ ਸੋ ਇਹ ਨਿੱਜੀ ਮਤ ਪੇਧ ਬਣੇ ਰਹਿੰਦੇ ਨੇ ਇਹਨਾਂ ਗੱਲਾਂ ਕਰਕੇ ਆਪਸ਼ਨ ਨੰਬਰ 3 ਸਹੀ ਹੈ ਜੀ ਵਾਈਗੋਸਕੀ ਦਾ ਸੁਭਾਅ ਸੀ ਕਿ ਬਾਲ ਵਿਕਾਸ ਹੈ ਵਾਈਗੋਸਕੀ ਬਾਲ ਵਿਕਾਸ ਨੂੰ ਕਿਵੇਂ ਸਮਝਾਉਂਦਾ ਸੀ ਮਤਲਬ ਵਾਈਗੋਸਕੀ ਬਾਲ ਵਿਕਾਸ ਤੋਂ ਕੀ ਸਮਝਦਾ ਸੀ ਵੀ ਬੱਚੇ ਦਾ ਵਿਕਾਸ ਆ ਉਹ ਕਿਵੇਂ ਹੁੰਦਾ ਹੈਗਾ ਵਾਈਗੋਸਕੀ ਦੇ ਅਨੁਸਾਰ ਸਾਂਸਕ੍ਰਿਤੀ ਦੇ ਜਨ ਜਨਿਕ ਤਤਾਂ ਕਾਰਨ ਸਮਾਜ ਅੰਤਰਕਿਰਿਆ ਦੀ ਉਪਜ ਉਪਚਾਰਕ ਸਿੱਖਿਆ ਦੀ ਉਪਜ ਸਮੀਕਰਨਾਂ ਤੇ ਅਨੁਕੂਲਨ ਦੀ ਉਪਜ ਸੋ ਬਾਇਗੋਸਕੀ ਬਾਰੇ ਦੋਸਤੋ ਆਪਾਂ ਬਹੁਤ ਵਾਰ ਮਤਲਬ ਸਿੱਧੇ ਜਿਹੇ ਤਰੀਕੇ ਨਾਲ ਤੁਹਾਨੂੰ ਮੈਂ ਗੱਲ ਦੱਸੀ ਆ ਵੀ ਬਾਇਗੋਸਕੀ ਸਮਾਜ ਦੇ ਨਾਲ ਚੱਲਦਾ ਸੀਗਾ ਪਾਸ਼ਾ ਦੇ ਨਾਲ ਚੱਲਦਾ ਸੀ ਸੱਭਿਆਚਾਰ ਦੀ ਗੱਲ ਕਰਦਾ ਸੀਗਾ ਜਦੋਂ ਵੀ ਕਰਦਾ ਸੀ ਉਹ ਸੋ ਸਮਾਜ ਦੇ ਨਾਲ ਚੱਲਾਂਗੇ ਆਪਾਂ ਆਪਸ਼ਨ ਨੰਬਰ 2 ਸਮਾਜ ਅੰਤਰਕਿਰਿਆ ਦੀ ਉਪਜ ਮਤਲਬ ਸਮਾਜ ਦੇ ਤਾਣੇ ਬਾਣੇ ਚ ਉਹ ਹੀ ਬੱਚੇ ਦਾ ਬਾਲ ਦਾ ਵਿਕਾਸ ਹੁੰਦਾ ਹੈ ਬਾਲ ਵਿਕਾਸ ਆਪਸ਼ਨ ਨੰਬਰ 2 ਸਹੀ ਸੀ 6 ਨੰਬਰ ਪ੍ਰਸ਼ਨ ਦੋਸਤੋ ਗਾਰਡਨਰ ਨੇ ਸੱਤ ਬੁੱਧੀਆਂ ਦੀ ਸੂਚੀ ਬਣਾਈ ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਕਿਹੜੀ ਨਹੀਂ ਹੈ ਸੋ ਗਾਰਡਨ ਨੇ ਬੁੱਧੀ ਦਾ ਸਿਧਾਂਤ ਦਿੱਤਾ ਸੀ ਜਿਹੜਾ ਜੀ ਉਹਦੇ ਵਿੱਚ ਸੱਤ ਤਰ੍ਹਾਂ ਦੀਆਂ ਮਤਲਬ ਦਿੱਤੀਆਂ ਸੀ ਸਟੇਜ ਆਏ ਨੇ ਸਟੇਜਾਂ ਨਹੀਂ ਕਹਿ ਸਕਦੇ ਸੱਤ ਤਰ੍ਹਾਂ ਦੀਆਂ ਮਤਲਬ ਗੱਲ ਕੀਤੀ ਸੀ ਇਹਨੇ ਗਾਰਡਨ ਨੇ ਕਈ ਵਾਰ ਪੁੱਛਿਆ ਜਾਂਦਾ ਹੈ ਇਸ ਤਰ੍ਹਾਂ ਵੀ ਗਾਰਡਨ ਦਾ ਬੁੱਧੀ ਦਾ ਸਿਧਾਂਤ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਤਾਂ 7 7 ਸੂਚੀ ਆ ਉਹਦੀ ਜੀ 7 ਭਾਗਾਂ ਵਿੱਚ ਵੰਡਿਆ ਜਾਂਦਾ ਹੈ ਇਹ ਲਿਖਿਆ ਕਿਹੜੀ ਨਹੀਂ ਹੈ ਇਹਨਾਂ 'ਚ ਪੁੱਛਣਾ ਵੀ ਇਹ ਪੁੱਛਿਆ ਗਿਆ ਐਗਜ਼ਾਮੀਨਰ ਵੱਲੋਂ ਵੀ ਚਾਰ ਦੱਸਿਆ ਨੇ ਇਹਦੇ ਵਿੱਚੋਂ ਇੱਕ ਕਿਹੜੀ ਨਹੀਂ ਸਥਾਨਿਕ ਬੁੱਧੀ ਭਾਵਨਾਤਕ ਬੁੱਧੀ ਅੰਤਰ ਵਿਅਕਤੀਗਤ ਬੁੱਧੀ ਪਛਾਈ ਬੁੱਧੀ ਸੋ ਦੋਸਤੋ ਗਾਰਡਨ ਨੇ ਜਦੋਂ 7 ਬੁੱਧੀਆਂ ਦੀ ਸੂਚੀ ਬਣਾਈ ਤਾਂ ਉਹਨੇ ਭਾਵਨਾ ਨੂੰ ਕੋਈ ਸਥਾਨ ਨਹੀਂ ਦਿੱਤਾ ਸੀ অপਸ਼ਨ ਨੰਬਰ 2 ਸਹੀ ਆ ਪ੍ਰਸ਼ਨ ਦੇ ਅਕੋਰਡਿੰਗ ਵੀ ਇਹ ਇਹਦੀ ਗੱਲ ਹੀ ਨਹੀਂ ਕੀਤੀ ਸੀ ਗਾਰਡਨ ਨੇ ਭਾਵਨਾ ਦੀ ਸਥਾਨਿਕ ਸਥਾਨ ਦੀ ਗੱਲ ਕੀਤੀ ਸੀ ਪਲੇਸ ਦੀ ਗੱਲ ਕੀਤੀ ਸੀ ਉਹਨੇ ਅੰਤਰ ਵਿਅਕਤੀਗਤ ਬੁੱਧੀ ਦੀ ਗੱਲ ਕੀਤੀ ਸੀ ਪਛਾਈ ਬੁੱਧੀ ਦੀ ਪਾਛਾ ਦੀ ਗੱਲ ਵੀ ਕੀਤੀ ਸੀ ਉਸਨੇ ਸੋ ਭਾਵਨਾ ਦੀ ਕੋਈ ਗੱਲ ਨਹੀਂ ਕੀਤੀ ਸੀ ਅਗਲਾ ਪ੍ਰਸ਼ਨ ਜੀ ਬੁੱਧੀ ਦੇ ਸਬੰਧ ਵਿੱਚ ਕਿਹੜਾ ਕਥਨ ਸਹੀ ਹੈ ਬੁੱਧੀ ਅਨੁਕੂਲਨ ਬਣਾਉਣ ਦੀ ਯੋਗਤਾ ਹੈ ਬੁੱਧੀ ਸਿੱਖਣ ਦੀ ਯੋਗਤਾ ਹੈ ਬੁੱਧੀ ਸੂਖਮ ਤਰਕ ਦੀ ਯੋਗਤਾ ਹੈ ਉਪਰੋਕਤ ਸਾਰੇ ਹੀ ਸੋ ਬੁੱਧੀ ਦੇ ਨਾਲ ਸੰਬੰਧਤ ਆਪਾਂ ਸਹੀ ਕਥਨ ਲੱਭਣਾ ਜੀ ਇਹਦੇ ਵਿੱਚੋਂ ਆਪਸ਼ਨ ਨੰਬਰ 4 ਸਹੀ ਹੈ ਜੀ ਸਾਰੀਆਂ ਆਪਸ਼ਨਾਂ ਸਹੀ ਨੇ ਬੁੱਧੀ ਅਨੁਕੂਲਨ ਬਣਾਉਣ ਦੀ ਯੋਗਤਾ ਹੈਗੀ ਹੈ ਬੁੱਧੀ ਸਿੱਖਣ ਦੀ ਯੋਗਤਾ ਵੀ ਹੈਗੀ ਹੈ ਬੁੱਧੀ ਸੂਖਮ ਤਰਕ ਦੀ ਯੋਗਤਾ ਹੈ ਸੋ ਆਪਸ਼ਨ ਨੰਬਰ 4 ਸਹੀ ਹੈ ਅਪਰੋਕਤ ਸਾਰੇ 8 ਨੰਬਰ ਪ੍ਰਸ਼ਨ ਜੀ ਬੱਚਾ ਵਸਤੂਆਂ ਵਸਤੂਆਂ ਅਤੇ ਘਟਨਾਵਾਂ ਬਾਰੇ ਤਾਰਕਿਕ ਢੰਗ ਨਾਲ ਮਤਲਬ ਤਰਕ ਨਾਲ ਤਾਰਕਿਕ ਤੋਂ ਮਤਲਬ ਤਰਕ ਸਾਈਕਲੋਜੀ ਦੇ ਵਿੱਚ ਨਾ ਬਹੁਤ ਸਾਰੀਆਂ ਗੱਲਾਂ ਅਜਹੀਆਂ ਹੁੰਦੀਆਂ ਵੀ ਸਾਨੂੰ ਆਉਂਦੀਆਂ ਹੁੰਦੀਆਂ ਨੇ ਪਰ ਸ਼ਬਦ ਥੋੜੇ ਜੇ ਟੇਡੇ ਵਿੰਗੇ ਐਗਜ਼ਾਮੀਨਰ ਔਖੇ ਪਾਉਂਦੇ ਆ ਸਾਡੇ ਦਿਮਾਗ ਚੋਂ ਸਕਿਪ ਹੋ ਜਾਂਦੀ ਹੈ ਗੱਲ ਮਤਲਬ ਉਹਦਾ ਉਹੀ ਨਿਕਲਦਾ ਹੁੰਦਾ ਸੋ ਅਸੀਂ ਪਹਿਲਾਂ ਉਹਨੂੰ ਦੇਸੀ ਜਿਹੇ ਤਰੀਕੇ ਨਾਲ ਸੋਚਿਆ ਕਰੀਏ ਵੀ ਇਹਦਾ ਮਤਲਬ ਕੀ ਨਿਕਲਦਾ ਸੋ ਬੱਚਾ ਵਸਤੂਆਂ ਤੇ ਘਟਨਾਵਾਂ ਬਾਰੇ ਤਾਰਕਿਕ ਢੰਗ ਨਾਲ ਸੋਚ ਸਕਦਾ ਹੈ ਇਹ ਵਿਸ਼ੇਸ਼ਤਾ ਪਿਆਜੇ ਵੱਲੋਂ ਕਿਹੜੀ ਅਵਸਥਾ ਲਈ ਦਿੱਤੀ ਗਈ ਸੋ ਪਿਆਜੇ ਨੇ ਜਿਹੜੀਆਂ ਚਾਰ ਅਵਸਥਾਵਾਂ ਦਿੱਤੀਆਂ ਸੀ ਪਿਆਜੇ ਨੇ ਉਹ ਚਾਰੀ ਅਵਸਥਾਵਾਂ ਦੇ ਵਿੱਚੋਂ ਕਿਹੜੀ ਅਵਸਥਾ ਦੇ ਵਿੱਚ ਪਿਆਜੇ ਨੇ ਕਿਹਾ ਸੀ ਵੀ ਬੱਚਾ ਹੁਣ ਇੱਥੇ ਤਰਕ ਨਾਲ ਸੋਚਣ ਲੱਗ ਜੂਗਾ ਸੋ ਉਹਦੀਆਂ ਪੜ੍ਹਦੇ ਆਂ ਆਪਾਂ ਜਿਹੜੀਆਂ ਹੈਗੀਆਂ ਨੇ ਆਪਸ਼ਨ ਆ ਸੈਂਸਰੀ ਮੋਟਰ ਸਟੇਜ ਪ੍ਰੀ ਆਪਰੇਸ਼ਨਲ ਸਟੇਜ ਕੰਕਰੀਟ ਆਪਰੇਸ਼ਨਲ ਸਟੇਜ ਫਾਰਮਲ ਆਪਰੇਸ਼ਨਲ ਸਟੇਜ ਸੋ ਆਪਸ਼ਨ ਨੰਬਰ 4 ਦੇ ਨਾਲ ਜਾਵਾਂਗੇ ਜੀ ਆਪਾਂ ਫਾਰਮਲ ਆਪਰੇਸ਼ਨਲ ਸਟੇਜ ਸੀ ਜਿਹੜੀ ਚੌਥੀ ਸਟੇਜ ਸੀ ਇਹਦੀ ਆਖਰੀ ਇਸੇ ਦੇ ਵਿੱਚ ਹੀ ਪਿਆਜੇ ਨੇ ਕਿਹਾ ਸੀ ਵੀ ਬੱਚਾ ਇੱਥੇ અમૂર્ત ચિંતન ਕਰਨ ਲੱਗ ਜਾਂਦਾ ਵੀ મૂર્ત દેખન ਦੀ ਲੋੜ નહી પડતી એનો ਆਪਣੇ ਆਪ ચિંતન ਕਰ ਲੈਂਦਾ તર્ક ਕਰਨ ਲੱਗ ਜਾਂਦਾ ਕਿਸੇ ચીજ ਚੰਗੇ માડે મારે તર્ક ਦੇ ਨਾਲ سوچਦਾ સો ઔરਮਲ ઓપરેશનલ સ્ટેજ ਦੀ ਗੱਲ ਕੀਤੀ ਸੀ ਬੱਚੇ ਨੇ অপਸ਼ਨ ਨੰਬਰ 4 ਸਹੀ ਹੈ ਜੀ ਅਗਲਾ પ્રશ્ન દેહતા દોસ્તો ਨਿੱਜੀ મતપેਦ ਇੰਡੀਵਿਜੁਅਲ ਡિફરન્સિસ ਕਰਨ ਲਈ ਅਧਿਆਪਕ ਦੀ ભૂમિકા હોਣੀ ਚਾਹੀਦੀ ਹੈ ਅਧਿਆਪਕ ਦੀ ભૂમિકા ਕੀ ਹੋਵੇ ਨਿੱਜੀ ਮਤਭੇਦਾਂ ਦੇ ਕਰਨ ਦੇ ਲਈ ਵਿਅਕਤੀ ਦੀਆਂ ਯੋਗਤਾਵਾਂ ਰੁਚੀਆਂ ਤੇ ਪ੍ਰਵਿਰਤੀਆਂ ਨੂੰ ਜਾਣਨਾ ਵਿਅਕਤੀਆਂ ਦੀਆਂ ਲੋੜਾਂ ਅਨੁਸਾਰ ਪਾਠ ਕਰਮ ਨੂੰ ਢਾਲਣਾ ਦੋਵੇਂ 1 ਅਤੇ 2 ਸਹੀ ਅਪਰੋਖਤ ਵਿੱਚੋਂ ਕੋਈ ਨਹੀਂ ਸੋ ਜਦੋਂ ਨਿੱਜੀ ਮਤਭੇਦ ਦਾ ਪਤਾ ਕਰਨਾ ਅਧਿਆਪਕ ਦੀ ਭੂਮਿਕਾ ਕੀ ਹੋਵੇ ਉੱਥੇ ਅਧਿਆਪਕ ਦੀ ਭੂਮਿਕਾ ਦੇ ਅਨੁਸਾਰ ਆਪਸ਼ਨ ਨੰਬਰ 3 ਸਹੀ ਹੈ ਜੀ 1 ਅਤੇ 2 ਦੋਵੇਂ ਆਪਸ਼ਨਾਂ ਸਹੀ ਨੇ ਵਿਅਕਤੀ ਦੀਆਂ ਯੋਜਨਾ ਯੋਗਤਾਵਾਂ ਦਾ ਵੀ ਪਤਾ ਹੋਵੇ ਰੁਚੀਆਂ ਦਾ ਪ੍ਰਵਿਰਤੀਆਂ ਨੂੰ ਜਾਣਿਆ ਹੋਵੇ ਹੁਣੇ ਪਤਾ ਹੋਵੇ ਦੇ ਆਪਕ ਨੂੰ ਬੱਚੇ ਬੱਚ ਵਿਅਕਤੀਆਂ ਤੋਂ ਤੁਸੀਂ ਬੱਚੇ ਪੜ੍ਹਨਾ ਵਿਅਕਤੀਆਂ ਦੀਆਂ ਲੋੜਾਂ ਅਨੁਸਾਰ ਪਾਠ ਕਰਮ ਨੂੰ ਢਾਲਣਾ ਸੋ ਇਹ ਦੋਨੇ অপਸ਼ਨਾਂ ਸਹੀ ਨੇ ਜੀ 1 ਅਤੇ 2 10 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ ਸਿੱਖਿਆਤਮਕ ਖੇਤਰ ਵਿੱਚ ਰਚਨਾਤਮਕ ਮੁਲਾਂਕਣ ਦਾ ਉਪਕਰਨ ਕਿਹੜਾ ਨਹੀਂ ਹੈ ਸੋ ਨਹੀਂ ਨੂੰ ਤੁਸੀਂ ਖਿਆਲ ਚ ਰੱਖਿਓ ਨਹੀਂ ਪੁੱਛਿਆ ਗਿਆ ਸ਼ਿੱਖਿਆਤਮਕ ਸਿੱਖਿਆ ਦੇ ਖੇਤਰ ਵਿੱਚ ਰਚਨਾਤਮਕਤ ਮੁਲਾਂਕਣ ਮਤਲਬ ਰਚਨਾਤਮਕ ਮੁਲਾਂਕਣ ਹੋਣਾ ਚਾਹੀਦਾ ਉਪਕਰਨ ਕਿਹੜਾ ਨਹੀਂ ਹੈ ਬਾਰਤਾਲਾਬ ਕੁਸ਼ਲਤਾ ਬਹੁਵਿਲਾਪੀ ਚੋਣ ਵਾਲੇ ਪ੍ਰਸ਼ਨ ਪ੍ਰੋਜੈਕਟ ਮੌਖਿਕ ਪ੍ਰਸ਼ਨ ਸੋ ਆਪਸ਼ਨ ਨੰਬਰ 2 ਦੇ ਨਾਲ ਜਾਵਾਂਗੇ ਜੇ ਆਪਾਂ ਬਹੁ ਵਿਕਲਪੀ ਚੋਣ ਵਾਲੇ ਪ੍ਰਸ਼ਨ ਜਿਹੜੇ ਹੋ ਰਚਨਾਤਮਕਤਾ ਦੇ ਵਿੱਚ ਨਹੀਂ ਆਉਂਦੇ ਰਚਨਾਤਮਕਤਾ ਮੌਲਿਕਤਾ ਇਹਦੇ ਵਿੱਚ ਕੁਝ ਨਹੀਂ ਹੁੰਦੀ ਕੋਈ ਖਾਸ ਗੱਲ ਵਾਰਤਾਲਾਪ ਖੁਸ਼ਲਤਾ ਆ ਸਕਦੀ ਹੈ ਪ੍ਰੋਜੈਕਟ ਬਣਾਉਣਾ ਆ ਸਕਦਾ ਹੈ ਮੌਖਿਕ ਪ੍ਰਸ਼ਨ ਦੇ ਵਿੱਚ ਵੀ ਰਚਨਾਤਮਕਤਾ ਆ ਸਕਦੀ ਹੈ ਸੋ ਐਮਸੀਕਿਊ ਜਿਹੜੇ ਬਹੁ ਵਿਕਲਪੀ ਚੋਣ ਵਾਲੇ ਪ੍ਰਸ਼ਨ ਹੁੰਦੇ ਆ ਇਹ ਰਚਨਾਤਮਕ ਮਲਾਂਕਰਨ ਦੇ ਉਪਕਰਨ ਨਹੀਂ ਹੁੰਦੇ ਆਪਸ਼ਨ ਨੰਬਰ 2 ਸਹੀ ਹੈ 11 ਨੰਬਰ ਪ੍ਰਸ਼ਨ ਜੀ ਤੁਹਾਡੀ ਕਲਾਸ ਵਿੱਚ ਕੁਝ ਵਿਦਿਆਰਥੀ ਵਿਸ਼ੇਸ਼ ਤੌਰ ਤੇ ਬੁੱਧੀਮਾਨ ਹਨ ਤੁਸੀਂ ਉਹਨਾਂ ਨੂੰ ਪੜ੍ਹਾਓਗੇ ਮਤਲਬ ਆਪਣੀ ਇੱਕ ਕਲਾਸ ਚੱਲ ਰਹੀ ਹੈ ਉਹ ਕਲਾਸ ਦੇ ਵਿੱਚ ਕੁਝ ਵਿਦਿਆਰਥੀ ਵਿਸ਼ੇਸ਼ ਤੌਰ ਤੇ ਬੁੱਧੀਮਾਨ ਨੇ ਕੁਝ ਬੱਚੇ ਨੇ ਜਿਹੜੇ ਹੋ ਹੋਰਾਂ ਨਾਲੋਂ ਜ਼ਿਆਦਾ ਬੁੱਧੀਮਾਨ ਨੇ ਉਹਨਾਂ ਨੂੰ ਕਿਵੇਂ ਪੜਾਇਆ ਜਾਊਗਾ ਕਲਾਸ ਦੇ ਨਾਲ ਉਚੇਰੀਆਂ ਕਲਾਸਾਂ ਨਾਲੋਂ ਸਮ੍ਰਿੱਧ ਪ੍ਰੋਗਰਾਮਾਂ ਦੀ ਵਰਤੋਂ ਕਰਕੇ ਕੇਵਲ ਉਦੋਂ ਜਦੋਂ ਉਹ ਚਾਹਣ ਸੋ ਆਪਸ਼ਨ ਨੰਬਰ 3 ਸਹੀ ਹੈ ਜੀ ਸਮ੍ਰਿੱਧ ਪ੍ਰੋਗਰਾਮਾਂ ਦੀ ਵਰਤੋਂ ਕਰਕੇ ਮਤਲਬ ਉਹਨਾਂ ਲਈ ਖਾਸ ਪ੍ਰੋਗਰਾਮ ਉਸੇ ਕਲਾਸ ਦੇ ਵਿੱਚ ਤਿਆਰ ਕਰਨੇ ਤਾਂ ਜੋ ਮਤਲਬ ਉਹਨਾਂ ਦਾ ਜਿਹੜਾ ਹੈਗਾ ਲੈਵਲ ਦੇ ਮੁਤਾਬਕ ਪੜਾਇਆ ਜਾ ਸਕੇ 12 ਨੰਬਰ ਪ੍ਰਸ਼ਨ ਦੋਸਤੋ ਨਿਦਾਨਿਕ ਡਾਇਗਨੋਸਟਿਕ ਇਤਿਹਾਸਤ ਪ੍ਰੀਖਿਆ ਦਾ ਮੁੱਖ ਮਤਵ ਮੰਤਵ ਕਿਸ ਦੀ ਪਹਿਚਾਨ ਕਰਨਾ ਹੈ ਕਲਾਸ ਦੇ ਪ੍ਰਦਰਸ਼ਨ ਵਿੱਚ ਕਮਜ਼ੋਰੀ ਦਾ ਸਧਾਰਨ ਖੇਤਰ ਲੋੜੀ ਦੇ ਉਪਚਾਰੀ ਪ੍ਰੋਗਰਾਮ ਦੀ ਵਿਸ਼ੇਸ਼ ਪ੍ਰਕਿਰਤੀ ਅਕਾਦਮਿਕ ਮੁਸ਼ਕਲਾਂ ਦੇ ਕਾਰਨ ਵਿਦਿਆਰਥੀ ਦੀਆਂ ਮੁਸ਼ਕਲਾਂ ਦੀ ਵਿਸ਼ੇਸ਼ ਪ੍ਰਕਿਰਤੀ ਸੋ 12 ਨੰਬਰ ਪ੍ਰਸ਼ਨ ਦੇ ਅਕੋਰਡਿੰਗ ਜੀ 2 ਨੰਬਰ ਆਪਸ਼ਨ ਦੇ ਨਾਲ ਜਾਵਾਂਗੇ ਜੀ ਆਪਾਂ ਜਦੋਂ ਨਿਦਾਨਕ ਪ੍ਰੀਖਣ ਕਰਦੇ ਆਂ ਨਿਦਾਨਿਕ ਡਾਇਗਨੋਸਟਿਕ ਟੈਸਟ ਲੈਨੇ ਆਪਾਂ ਉਹਦਾ ਮੁੱਖ ਮਤਵ ਹੈ ਜਿਹੜਾ ਕਿਹਦੀ ਪਛਾਣ ਕਰਨਾ ਹੁੰਦਾ ਹੈ ਆਪਸ਼ਨ ਨੰਬਰ 2 ਲੋੜੀ ਦੇ ਉਪਚਾਰੀ ਪ੍ਰੋਗਰਾਮਾਂ ਦੀ ਵਿਸ਼ੇਸ਼ ਪ੍ਰਕਿਰਤੀ ਦੇ ਨਾਲ ਜਾਵਾਂਗੇ ਆਪਸ਼ਨ ਨੰਬਰ 2 ਸਹੀ ਹੈ ਜੀ ਵਿਸ਼ੇਸ਼ ਸਿੱਖਿਆ ਕਿਸ ਨਾਲ ਸੰਬੰਧਿਤ ਹੈ ਵਿਸ਼ੇਸ਼ ਸਿੱਖਿਆ ਹੇਠ ਲਿਖੇ ਆਪਸ਼ਨਾਂ ਦੇ ਵਿੱਚੋਂ ਪ੍ਰਵਾਦਨਤ ਵਿਦਿਆਰਥੀਆਂ ਲਈ ਸਿੱਖਿਆ ਪ੍ਰੋਗਰਾਮ ਅਯੋਗ ਵਿਦਿਆਰਥੀਆਂ ਲਈ ਸਿੱਖਿਆ ਪ੍ਰੋਗਰਾਮ ਅਧਿਆਪਕਾਂ ਲਈ ਸਿਖਲਾਈ ਪ੍ਰੋਗਰਾਮ ਆਬਰੁੱਧ ਵਿਦਿਆਰਥੀਆਂ ਲਈ ਸਿੱਖਿਆ ਸਿਖਲਾਈ ਪ੍ਰੋਗਰਾਮ ਸੋ 13 ਦੇ ਅਕੋਰਡਿੰਗ ਆਪਾਂ ਦੋ ਆਪਸ਼ਨਾਂ ਦੋ ਨੰਬਰ ਆਪਸ਼ਨ ਦੇ ਨਾਲ ਜਾਵਾਂਗੇ ਜੀ ਜਿਹੜੇ ਵਿਸ਼ੇਸ਼ ਸਿੱਖਿਆ ਦਿੰਨੇ ਆ ਕੋਈ ਸਪੈਸ਼ਲ ਐਜੂਕੇਸ਼ਨ ਦਿੰਨੇ ਆ ਆਪਾਂ ਕਿਸੇ ਨੂੰ ਸਪੈਸ਼ਲ ਐਜੂਕੇਸ਼ਨ ਉਹ ਕਿਦੇ ਲਈ ਹੁੰਦੀ ਹੈ ਜਿਹੜੇ ਅਯੋਗ ਵਿਦਿਆਰਥੀ ਹੁੰਦੇ ਆ ਰੇਮੈਡੀਅਲ ਕੋਚਿੰਗ ਵੀ ਕਹਿ ਦਿੰਨੇ ਆਪਾਂ ਇਹਨੂੰ ਰੇਮੈਡੀਅਲ ਕੋਚਿੰਗ ਹਾਈ ਸਕੈਂਡਰੀ ਸਕੂਲਾਂ ਦੇ ਵਿੱਚ ਪੇਪਰਾਂ ਦੇ ਸਮੇਂ ਦੇ ਵਿੱਚ ਇਹ ਆਉਂਦਾ ਹੁੰਦਾ ਹੈ ਮਤਲਬ ਜਿਹੜੇ ਬੱਚੇ ਕਮਜ਼ੋਰ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਲਈ ਘੰਟਾ 2 ਘੰਟੇ ਇੱਕ ਸਪੈਸ਼ਲ ਟੀਚਰ ਲੱਖ ਲਿਆ ਜਾਂਦਾ ਸੋ ਰੇਮੈਡੀਅਲ ਕੋਚਿੰਗ ਦੇ ਨਾਲ ਵੀ ਚੱਲੇ ਜਾਵਾਂਗੇ ਇਸ ਗੱਲ ਨੂੰ ਰਿਲੇਟ ਕਰ ਲਾਂਗੇ ਅਯੋਗ ਵਿਦਿਆਰਥੀਆਂ ਦੀ ਸਿੱਖਿਆ ਪ੍ਰੋਗਰਾਮ ਦੇ ਨਾਲ ਸੰਬੰਧ 4 14 ਨੰਬਰ ਪ੍ਰਸ਼ਨ ਜੀ ਫਰੋਵਲ ਦਾ ਸਿੱਖਿਆ ਨੂੰ ਸਭ ਤੋਂ ਵੱਧ ਮਹੱਤਵਪੂਰਨ ਯੋਗਦਾਨ ਵਪਾਰਿਕ ਸਕੂਲ ਦਾ ਵਿਕਾਸ ਕੀਤਾ ਸੀ ਉਹਨੇ ਕਿੰਡਰਗਾਰਟਨ ਪ੍ਰਣਾਲੀ ਦਾ ਵਿਕਾਸ ਕੀਤਾ ਸੀ ਪਬਲਿਕ ਸਕੂਲ ਦਾ ਵਿਕਾਸ ਕੀਤਾ ਸੀ ਲੈਟਰਨ ਸਕੂਲ ਦਾ ਵਿਕਾਸ ਸੀ ਸੋ ਕਿੰਡਰਗਾਰਟਨ ਪ੍ਰਣਾਲੀ ਉਹਨੇ ਚਲਾਈ ਸੀ ਜੀ ਫਰੋਵਲ ਨੇ অপਸ਼ਨ ਨੰਬਰ 2 ਸਹੀ ਹੈ ਇਹਦਾ ਮਹੱਤਵਪੂਰਨ ਯੋਗਦਾਨ ਸੀਗਾ ਫਰੋਵਲ ਦਾ ਸਿੱਖਿਆ ਦੇ ਖੇਤਰ ਦੇ ਵਿੱਚ ਇਸ ਨੂੰ ਲੈ ਕੇ ਕਿੰਡਰਗਾਰਟਨ ਪ੍ਰਣਾਲੀ ਨੂੰ ਲੈ ਕੇ 15 ਨੰਬਰ ਪੁੱਛੇ ਦੋਸਤੋ ਜੇ ਬੱਚਾ 61 ਨੂੰ 16 ਲਿਖਦਾ ਹੈ ਤਾਂ ਇਹ ਕਿਸ ਨਾਲ ਸੰਬੰਧਿਤ ਹੈ ਮਤਲਬ ਉਹਦੀ ਜਦੋਂ ਉਹਨੂੰ ਲਿਖਣ ਦੇ ਵਿੱਚ ਸਮੱਸਿਆ ਆਉਂਦੀ ਹੈ ਇਹ ਕਿਹੜੇ ਡਿਸਆਰਡਰ ਦੇ ਵਿੱਚ ਆ ਜਾਂਦਾ ਹੈ ਦ੍ਰਿਸ਼ਟੀ ਵਿਕਾਰ ਕੀ ਉਹਨੂੰ ਦਿਖਾਈ ਨਹੀਂ ਦਿੰਦਾ ਜਾਂ ਸਹੀ ਨਹੀਂ ਦੀਦਾ ਸਿੱਖਣ ਯੋਗਤਾ ਹੈ ਕੀ ਉਹਦੀ ਉਹ ਹੀ ਸਿੱਖਣ ਦੀ ਪ੍ਰੋਬਲਮ ਹੈ ਕੀ ਮਾਨਸਿਕ ਯੋਗਤਾ ਕੀ ਮਾਨਸਿਕ ਅਵਰੋਧ ਹੈ ਸੋ ਆਪਸ਼ਨ ਨੰਬਰ 2 ਸਹੀ ਹੈ ਜੀ ਸਿੱਖਣ ਅਯੋਗਤਾ ਹੈ ਜੀ ਇਹ ਜਦੋਂ ਕਾਰਡ ਨੂੰ 16 ਲਿਖਦਾ ਬੱਚਾ ਉਹਦੀ ਸਿੱਖਣ ਦੀ ਪ੍ਰੋਬਲਮ ਹੈ ਇਹ ਉਹ ਨੂੰ ਸਿੱਖ ਨਹੀਂ ਰਿਹਾ ਉਸ ਤਰੀਕੇ ਨਾਲ ਸੋ ਸਿੱਖਣ ਲਰਨਿੰਗ ਡਿਸਆਰਡਰ ਹੈ ਇਹ ਸੋ ਦੋਸਤੋ ਇਹ ਸਨ ਵੈਰੀ ਇੰਪੋਰਟੈਂਟ 15 ਐਮਸੀਕਿਊਜ਼ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਤੁਹਾਡੇ ਲਈ ਨੋਟ ਹੈ ਜੀ ਜੇਕਰ ਅੰਗਣਵਾੜੀ ਸੁਪਰਵਾਈਜ਼ਰ ਵਾਲਿਆਂ ਨੇ ਨੋਟਸ ਲੈਣੇ ਨੇ ਐਨਟੀਟੀ ਵਾਲਿਆਂ ਨੇ ਨੋਟਸ ਲੈਣੇ ਨੇ ਪੰਜਾਬ ਜੀਕੇ ਦੇ ਨੋਟਸ ਲੈਣੇ ਨੇ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਵਾਸਤੇ ਤਾਂ ਆਪਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਆਪਣੇ WhatsApp ਗਰੁੱਪ ਦੇ ਵਿੱਚ ਜੁਆਇਨ ਕਰਨਾ ਹੈ ਤਾਂ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਨੰਬਰ ਆਪਣਾ 88474 77007 ਸੋ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਹਰ ਗੱਲ ਗੱਲਬਾਤ ਵਾਸਤੇ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ